ਭਾਰਤ ਦੇਸ਼ ਆਪਣੇ ਵਡਮੁੱਲੇ ਇਤਿਹਾਸ ਦੇ ਸਦਕਾ ਜਾਣਿਆ ਜਾਂਦਾ ਹੈ। ਭਾਰਤ ਦਾ ਇਤਿਹਾਸ ਦੇਸ਼ ਦੁਨੀਆ ਦੇ ਵਿੱਚ ਜਗ ਜਾਹਰ ਹੈ ਅਤੇ ਹਰ ਕੋਈ ਉਸ ਨਾਲ ਵਾਕਫ ਵੀ ਹੈ। ਪਰ ਅੱਜ ਦੀ ਜੋ ਸਾਡੀ ਕਹਾਣੀ ਹੈ ਉਹ ਜੁੜੀ ਹੈ ਕਲਮ ਅਤੇ ਸਿਆਹੀ ਦੇ ਨਾਲ। ਕਲਮ ਤੋਂ ਅਸੀਂ ਪੈਨਸਲ, ਪੈਨਸਲ ਤੋਂ ਅਸੀਂ ਪੈੱਨ, ਅਤੇ ਪੈੱਨਾਂ ਤੋਂ ਅੱਜ ਅਸੀਂ ਇੰਟਰਨੈੱਟ ਦੇ ਯੁੱਗ 'ਤੇ ਆ ਬੈਠੇ ਹਾਂ। ਪਰ ਇਹ ਉਹ ਪੁਰਾਤਨ ਦੌਰ ਦੀ ਇੱਕ ਅਜਿਹੀ ਵਡਮੁੱਲੀ ਦੇਣ ਹੈ ਜੋ ਹੁਣ ਦੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਕਿ ਅੰਤਮ ਸਾਹ ਲੈਂਦੀ ਹੋਈ ਵਿਖਾਈ ਦਿੰਦੀ ਹੈ। ਪਰ ਸਾਡੇ ਸਮਾਜ ਦੇ ਵਿੱਚ ਕੁਝ ਸ਼ਖਸੀਅਤਾਂ ਅਜਿਹੀਆਂ ਵੀ ਨੇ ਜਿਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਦੇ ਸਦਕਾ ਇਹ ਚੀਜ਼ਾਂ ਅੱਜ ਵੀ ਲੋਕਾਂ ਤੱਕ ਪਹੁੰਚ ਰਹੀਆਂ ਨੇ। ਨੌਜਵਾਨਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਅੱਜ ਦੀ ਕਹਾਣੀ ਦੇ ਵਿੱਚ ਸਾਡੇ ਨਾਲ ਜੁੜਨਗੇ ਸੁਰਿੰਦਰਪਾਲ ਸਿੰਘ ਜੋ ਕਿ ਇੱਕ ਅੱਖਰਕਾਰ ਨੇ, ਔਰ ਅੱਖਰਕਾਰੀ ਦੇ ਸਦਕਾ ਹੀ, ਇਸ ਕਲਮ ਅਤੇ ਸਿਆਹੀ ਦੀ ਮਦਦ ਦੇ ਸਦਕਾ ਹੀ ਉਹ ਅੱਜ ਲੋਕਾਂ ਦੇ ਵਿੱਚ ਜਾਣੇ ਜਾਂਦੇ ਨੇ। ਕਈਆਂ ਲਈ ਤਾਂ ਸਿਰਫ ਇੱਕ ਹੈ ਕੱਚ ਦੀ ਸ਼ੀਸ਼ੀ ਅਤੇ ਇੱਕ ਲੱਕੜ ਦੀ ਕਹਿ ਸਕਦੇ ਹਾਂ ਕਿ ਡੰਡੀ ਲੱਗਦੀ ਹੋਏਗੀ, ਪਰ ਇਸ ਦੇ ਨਾਲ ਜੋ ਪੁਰਾਤਨ ਵੇਲੇ ਦਾ ਜੋ ਇਤਿਹਾਸ ਜੁੜਿਆ, ਚਾਹੇ ਉਸ ਸਮੇਂ ਦੇ ਅਸੀਂ ਸਰਕਾਰੀ ਜਾਂ ਘਰੇਲੂ ਕੰਮਕਾਜਾਂ ਦੀ ਗੱਲ ਕਰ ਲਈਏ, ਤਾਂ ਸਭ ਇਸ ਦੀ ਮਦਦ ਦੇ ਰਾਹੀਂ ਹੀ ਪਰੋਏ ਜਾਂਦੇ ਸੀ ਅਤੇ ਉਹ ਵੇਲਾ ਆਪਣੇ ਆਪ ਦੇ ਵਿੱਚ ਆਨੰਦਮਈ ਸੀ ਅਤੇ ਹਰ ਕੋਈ ਉਸ ਦੀ ਮਹਿਕ ਜ਼ਰੂਰ ਅੱਜ ਵੀ ਮਹਿਸੂਸ ਕਰਦਾ। ਅਤੇ ਗੱਲਬਾਤ ਕਰਦੇ ਹਾਂ ਸੁਰਿੰਦਰਪਾਲ ਸਿੰਘ ਜੀ ਦੇ ਨਾਲ ਅਤੇ ਹੋਰ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਇਸ ਕਲਾ ਦੇ ਨਾਲ ਜੁੜੇ ਅਤੇ ਅੱਜ ਲੋਕਾਂ ਦੇ ਵਿੱਚ ਇੱਕ ਪ੍ਰਚਾਰਕ ਅਤੇ ਕਹਿ ਸਕਦੇ ਇੱਕ ਅੱਖਰਕਾਰ ਦੇ ਹੋਣ ਦੇ ਸਦਕਾ ਜਾਣੇ ਜਾਂਦੇ ਨੇ। ਵਾਕਈ ਤੁਹਾਡੇ ਕਹਿਣ ਦੇ ਮੁਤਾਬਕ ਅੱਖਰਕਾਰ ਜਾਂ ਕੈਲੀਗ੍ਰਾਫਰ ਹੋਣਾ ਵਾਕਈ ਹੀ ਬਹੁਤ ਮਾਣ ਦੀ ਗੱਲ ਹੈ। ਅਤੇ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ, ਅਤੇ ਦੂਜਾ ਮਾਤਾ ਪਿਤਾ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਅੱਖਰਕਾਰ ਦੇ ਰੂਪ ਵਿੱਚ ਖਲੋਤੇ ਹਾਂ, ਅਤੇ ਉਹਨਾਂ ਉਸਤਾਦਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾ ਤਾ। ਬਾਕੀ ਅੱਖਰਕਾਰੀ ਦਾ ਜਿਵੇਂ ਕਿ ਤੁਸੀਂ ਕਿਹਾ, ਇਹ ਕਲਚਰ ਪੁਰਾਣੀ ਸੱਭਿਅਤਾ ਅਤੇ ਪੁਰਾਣੇ ਸਮੇਂ ਦਾ ਕਲਚਰ ਸੀ ਜਿਹੜਾ ਕਿ ਹੁਣ ਅਲੋਪ ਹੁੰਦਾ ਜਾ ਰਿਹਾ, ਪਰ ਸਮੇਂ ਦੇ ਹਾਲਾਤਾਂ ਦੇ ਨਾਲ ਦੁਬਾਰਾ ਕੁਝ ਮਾਤਾ ਕੁਝ ਪੰਜਾਬ ਦੇ ਵਿੱਚ ਇਹੋ ਜਿਹੇ ਅੱਖਰਕਾਰ ਬਾਹਰ ਆ ਰਹੇ ਨੇ ਜਿਹੜੇ ਕੋਸ਼ਿਸ਼ ਕਰਦੇ ਪਏ ਨੇ ਕਿ ਅਸੀਂ ਦੁਬਾਰਾ ਉਸ ਪੁਰਾਣੇ ਵਿਰਸੇ ਨੂੰ ਸੁਰਜੀਤ ਕਰੀਏ, ਜਿਹਦੇ ਵਿੱਚ ਅਸੀਂ ਵੀ ਇੱਕ ਕੋਸ਼ਿਸ਼ ਕਰਦੇ ਪਏ ਹਾਂ, ਜਿਹਦਾ ਨਮੂਨਾ ਤੁਹਾਡੇ ਸਾਹਮਣੇ ਆ। ਜੇ ਤੁਸੀਂ ਹੱਥਾਂ ਦੇ ਵਿੱਚ ਜੋ ਇਹ ਕਲਮ ਫੜੀ, ਅਕਸਰ ਕਹਿ ਸਕਦੇ ਹਾਂ ਕਿ ਜੋ ਨੌਜਵਾਨ ਜਾਂ ਲੋਕ ਇਸ ਨੂੰ ਇਸ ਵਕਤ ਦੇਖ ਰਹੇ ਆ, ਉਹਨਾਂ ਲਈ ਮਹਿਜ਼ ਇੱਕ ਲੱਕੜੀ ਦਾ ਟੁਕੜਾ ਹੈ ਕਿ ਪਤਾ ਨਹੀਂ ਕੀ ਹੈ, ਪਰ ਇਹ ਇਸ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਕਿੱਸਾ ਜੁੜਿਆ ਉਹ ਤੁਸੀਂ ਜ਼ਰੂਰ ਪਿਆ। ਦੇਖੋ ਜੀ, ਇਹ ਭਾਵੇਂ ਲੱਕੜੀ ਦਾ ਟੁਕੜਾ ਜਾਂ ਕਾਨੇ ਦਾ ਟੁਕੜਾ, ਪਰ ਜਿਹੜਾ ਅੱਜ ਤੁਸੀਂ ਜਿਸ ਅੱਖਰਕਾਰ ਨਾਲ ਗੱਲ ਕਰ ਰਹੇ ਹੋ, ਉਹਦਾ ਵਜੂਦ ਇਸ ਕਲਮ ਦੇ ਨਾਲ ਹੀ ਬਣਿਆ। ਇਹ ਜਿੰਨਾ ਵੀ ਸਾਰਾ ਕੁਝ ਕੰਮ ਆ, ਇਸ ਕਲਮ ਦੀ ਬਦੌਲਤ ਹੀ ਪੂਰਾ ਕੀਤਾ ਗਿਆ। ਅਤੇ ਇਹ ਕਲਮ ਨੂੰ ਅਸੀਂ ਭਾਵੇਂ ਉਸ ਤਰ੍ਹਾਂ ਹੀ ਅੱਗ ਦੇ ਵਿੱਚ ਲਾ ਕੇ ਸਾੜ ਦਈਏ, ਅੱਜ ਕੱਲ੍ਹ ਇਹਨਾਂ ਕਾਨਿਆਂ ਨੂੰ ਮੰਦਰਾਂ, ਮਸਜਿਦਾਂ ਜਾਂ ਕਿਸੇ ਲੰਗਰ ਹਾਲ ਦੇ ਵਿੱਚ ਐਜ਼ ਏ ਸੇਵਾ ਦੇ ਤੌਰ 'ਤੇ ਵੀ ਵਰਤਿਆ ਜਾਂਦਾ, ਅਤੇ ਤੁਸੀਂ ਉਸ ਸੇਵਾ ਦੇ ਤੌਰ 'ਤੇ ਵਰਤ ਸਕਦੇ ਹੋ। ਤੁਸੀਂ ਇਹਦੇ ਨਾਲ ਆਪਣੀ ਕਲਮ ਬਣਾ ਕੇ ਇੱਕ ਕਲਮ ਦੇ ਰੂਪ ਵਿੱਚ ਤੁਸੀਂ ਅੱਖਰਕਾਰੀ ਦੀ ਸੇਵਾ ਵੀ ਕਰ ਸਕਦੇ ਹੋ, ਜੋ ਕਿ ਅਸੀਂ ਕਰਦੇ ਪਏ। ਅਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਬਤੌਰ ਇੱਕ ਸਕੂਲ ਦੇ ਵਿੱਚ ਅਧਿਆਪਕ ਹੋ, ਉੱਥੇ ਵੀ ਤੁਹਾਡੇ ਵੱਲੋਂ ਜਿੱਥੇ ਅਧਿਆਪਕ ਦੇ ਤੌਰ 'ਤੇ ਜੋ ਸਿੱਖਿਆ ਵੰਡਣ ਦੀ ਸੇਵਾ ਜੋ ਹੈ ਉਹ ਤਾਂ ਤੁਸੀਂ ਨਿਭਾ ਰਹੇ ਹੋ, ਨਾਲ ਸਮਾਜ ਨੂੰ ਜੋ ਇਸ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ, ਉਹ ਉਪਰਾਲੇ ਦੀ ਸੋਚ ਕਿੱਦਾਂ ਆਈ, ਜ਼ਹਿਨ ਵਿੱਚ ਕੀ ਖਿਆਲ ਆਇਆ ਕਿ ਹੁਣ ਦੀ ਪੀੜ੍ਹੀ ਨੂੰ ਪੁਰਾਤਨ ਇਤਿਹਾਸ ਨਾਲ ਜੋੜਿਆ ਜਾਵੇ? ਪਹਿਲੀ ਗੱਲ ਤਾਂ ਦੇਖੋ ਜੀ, ਇਹ ਕਿੱਤਾ ਨਾ ਅਲੋਪ ਹੋ ਚੁੱਕਾ ਸੀ। ਅੱਖਰਕਾਰੀ ਜਾਂ ਕਲਮਾਂ ਜਾਂ ਫੱਟੀਆਂ ਪਹਿਲਾਂ ਪੁਰਾਣੇ ਸਮੇਂ 'ਚ ਅਸੀਂ ਲਿਖਦੇ ਸੀ, ਇਹ ਅਲੋਪ ਹੋ ਚੁੱਕਾ। ਅਤੇ ਜੇ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤਾਂ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਦੁਬਾਰਾ ਅੱਗੇ ਵਧਾਇਆ ਜਾਵੇ। ਇਸ ਚੀਜ਼ ਨੂੰ ਸੋਚ ਕੇ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਰੋਜ਼ ਬਿਨਾਂ ਨਗਾ ਅੱਖਰਕਾਰੀ ਦੇ ਗੁਰ ਸਿਖਾਈ ਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਪਹਿਲਾਂ ਬੇਸਿਕ ਪੈਨਸਲ ਦੇ ਨਾਲ ਸਿਖਾਈ ਦੀ ਆ, ਉਸ ਤੋਂ ਬਾਅਦ
ਕਲਮ ਦੇ ਨਾਲ ਉਹਨਾਂ ਨੂੰ ਲਿਖਾਈ ਕਰਨੀ ਸਿਖਾਈ ਦੀ ਆ, ਜਿਹਦਾ ਸਬੂਤ ਤੁਹਾਡੇ ਸਾਹਮਣੇ ਆ ਬੱਚਿਆਂ ਦੀ ਹੈਂਡ ਰਾਈਟਿੰਗ, ਜਿਹਦੇ ਨਾਲ ਬੱਚੇ ਆਪਣਾ ਲਿਖਾਈ ਸੋਹਣੀ ਕਰਦੇ ਪਏ ਨੇ। ਦੇਖ ਸਕਦੇ ਹਾਂ ਕਿ ਚਾਹੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਗੱਲ ਕਰ ਲਈਏ, ਚਾਹੇ ਪੰਜਾਬੀ ਅੱਖਰਾਂ ਦੀ ਵਰਨਮਾਲਾ ਦੀ ਗੱਲ ਕਰ ਲਈਏ, ਤਾਂ ਹਰ ਕੋਈ ਜਿਹੜਾ ਚੀਜ਼ ਨੂੰ ਪਰੋਇਆ ਗਿਆ, ਹਰ ਇੱਕ ਦੇ ਵਿੱਚ ਤੁਹਾਡੇ ਵੱਲੋਂ ਜੋ ਖੂਬਸੂਰਤੀ ਨਾਲ ਸਿਆਹੀ ਅਤੇ ਕਲਮ ਦੇ ਨਾਲ ਜੋ ਕਹਿ ਸਕਦੇ ਹਾਂ ਕਿ ਇੱਕ ਰਚਨਾ ਕੀਤੀ ਗਈ ਆ, ਇਹ ਆਪਣੇ ਆਪ ਦੇ ਵਿੱਚ ਖਿੱਚ ਦਾ ਕੇਂਦਰ ਤਾਂ, ਪਰ ਇਸ ਪਿੱਛੇ ਇੱਕ ਮਿਹਨਤ ਕਿੰਨੀ ਹੈ, ਤੁਸੀਂ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ, ਤੁਸੀਂ ਕਿਸ ਨਾਲ ਇਸਦਾ ਜੁੜੇ? ਸਰ ਲੋਕਡਾਊਨ ਦੇ ਵਿੱਚ ਲੋਕਾਂ ਲਈ ਲੋਕਡਾਊਨ ਸੀ ਸ਼ਰਾਬ, ਸਾਰਿਆਂ ਨੂੰ ਡਰ ਸੀ ਕਿ ਅਸੀਂ ਕੁਛ ਨਹੀਂ ਕਰ ਸਕਦੇ, ਘਰਾਂ 'ਚ ਵੜ ਕੇ ਬਹਿ ਗਏ, ਪਰ ਮੈਨੂੰ ਲੋਕਡਾਊਨ ਨਾਲ ਵਰਦਾਨ ਮਿਲਿਆ, ਕਿਉਂਕਿ ਫਿਜ਼ੀਕਲ ਚੈਲੇਂਜਡ ਹੋਣ ਦੇ ਕਰਕੇ ਮੈਂ ਘਰ 'ਚੋਂ ਬਾਹਰ ਨਹੀਂ ਜਾ ਸਕਦਾ ਸੀ, ਅਤੇ ਮੇਰੇ ਮਨ 'ਚ ਕੁਛ ਆਇਆ ਕਿ ਕੁਛ ਵੱਖਰਾ ਕਰਾਂ, ਕੁਛ ਵੱਖਰਾ ਕਰਾਂ। ਵਾਹਿਗੁਰੂ ਨੇ ਕਿਰਪਾ ਕੀਤੀ, ਮੇਰੇ ਦੋਸਤ ਦੀ ਦਿਖਾਈ, ਮੇਰੇ ਸਾਹਮਣੇ ਅੱਖਾਂ ਅੱਗੇ ਆਈ, ਅਤੇ ਮੈਂ ਵੀ ਕਲਮ ਫੜ ਲਈ। ਸਭ ਤੋਂ ਪਹਿਲਾਂ ਲੋਕਡਾਊਨ 'ਚ ਕੁਛ ਨਹੀਂ ਮਿਲਦਾ ਸੀ, ਮੈਂ ਸਕੈਚ ਲਏ, ਸਕੈਚ ਘਰ ਪਏ ਸੀ ਬੱਚਿਆਂ ਦੇ, ਮੈਂ ਬਲੇਡ ਨਾਲ ਘੱਟ ਕੇ ਕਲਮਾਂ ਬਣਾਈਆਂ ਨਿੱਕੀਆਂ ਨਿੱਕੀਆਂ ਬਰੀਕ ਬਰੀਕ, ਉਹਨਾਂ ਨਾਲ ਪ੍ਰੈਕਟਿਸ ਕੀਤੀ। ਪ੍ਰੈਕਟਿਸ ਕਰਨ ਤੋਂ ਬਾਅਦ ਹੌਲੀ ਹੌਲੀ ਅੱਗੇ ਵੱਧਦੇ ਰਹੇ, ਅਤੇ ਪਰਮਾਤਮਾ ਨੇ ਅੱਜ ਇੱਥੇ ਲਿਆ ਕੇ ਖੜਾ ਕਰ ਦਿੱਤਾ। ਅੱਜ ਦੇ ਸਮੇਂ ਦੇ ਵਿੱਚ ਅਸੀਂ ਸਟੇਸ਼ਨਰੀ ਦੀ ਦੁਕਾਨਾਂ 'ਤੇ ਤਾਂ ਹਰ ਕੋਈ ਜਾਂਦਾ, ਚਾਹੇ ਇੰਟਰਨੈਟ ਦਾ ਯੁੱਗ ਹੈ, ਪਰ ਕਿਤਾਬ ਪੈਨਸਲ ਤੋਂ ਬਿਨਾਂ ਤਾਂ ਮੈਂ ਕਹਿ ਸਕਦੇ ਹਾਂ ਕਿ ਕੋਈ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਨਹੀਂ ਕਰ ਸਕਦਾ। ਪਰ ਇਹ ਜੋ ਬੜੀ ਹੀ ਅਨਮੋਲ ਚੀਜ਼ ਜੋ ਸਾਡੀ ਵਿਰਸੇ ਦੀ ਸੀ, ਇਹ ਕਿਸ ਤਰ੍ਹਾਂ ਮਿਲੀ ਤੁਹਾਨੂੰ ਔਰ ਇਹ ਬਣਦੀ ਕਿਸ ਤਰ੍ਹਾਂ ਕਲਮ ਹੁਣ? ਸਰ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹ ਆਮ ਉਪਲਬਧ ਹੁੰਦੀ ਸੀ, ਪਰ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਇਹ ਔਨਲਾਈਨ ਬਹੁਤ ਮਹਿੰਗੀ ਮਿਲਦੀ ਆ। ਬਟ ਕਿਸ ਤਰ੍ਹਾਂ ਇਹਨੂੰ ਇਕੱਤਰ ਕਰਦੇ? ਵੈਸੇ ਜੀ ਨਹਿਰ ਦੇ ਜਾਂ ਛੱਪੜ ਦੇ ਕੰਢਿਆਂ 'ਤੇ ਸੜਕੜੇ ਹੁੰਦੇ ਨੇ, ਉੱਥੋਂ ਜਾ ਕੇ ਸੜਕੜੇ ਵੱਢ ਕੇ ਲਿਆਈਦੇ ਨੇ, ਅਤੇ ਉੱਥੋਂ ਕਲਮਾਂ ਮੁੜ ਕੇ ਉਹਨਾਂ ਦੀਆਂ ਘੜ ਲਈ ਜਾਂਦੀਆਂ, ਬਣਾ ਲਈ ਜਾਂਦੀਆਂ ਨੇ, ਅਤੇ ਮੈਨੂੰ ਜਾਣ ਆਉਣ ਦੀ ਮੁਸ਼ਕਲ ਆ। ਮੇਰੇ ਭੈਣ ਭਰਾ ਤੁਹਾਡੇ ਵਰਗੇ ਇਹੋ ਜਿਹੇ ਹੈਗੇ ਨੇ, ਉਹਨਾਂ ਨੂੰ ਪਤਾ ਹੈ ਕਿ ਐਸਪੀ ਸਿੰਘ ਇਹ ਕਲਮਾਂ ਦਾ ਕੰਮ ਕਰਦੇ ਨੇ, ਉਹ ਮੈਨੂੰ ਲਿਆ ਦਿੰਦੇ ਨੇ ਇੱਥੋਂ। ਈਵਨ ਕਿ ਜਿਹੜੇ ਸਾਡੇ ਸਕੂਲ ਦੇ ਪ੍ਰਿੰਸੀਪਲ ਨੇ, ਉਹ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ, ਮੈਂ ਉਹਨਾਂ ਕੋਲ ਵੀ ਕਲਮਾਂ ਮਤਲਬ ਕਿ ਮੰਗਾ ਲੈਂਦਾ, ਕਾਨੇ ਜਾਂ ਬਾਂਸ, ਅਤੇ ਫਿਰ ਇੱਥੇ ਲਿਆ ਕੇ ਖੁਦ ਕੱਢ ਲੈਂਦਾ। ਕਈ ਵਾਰੀ ਬੱਚੇ ਜਾਂਦੇ ਨੇ ਖੇਡਣ ਸਾਡੇ ਸਕੂਲ ਦੇ, ਉਹਨਾਂ ਦੇ ਜੇ ਨਹਿਰ 'ਚ ਛੱਪੜ ਦੇ ਕਿਤੇ ਲੱਗ ਗਏ ਕਿਤੇ, ਉਹਨਾਂ ਨੂੰ ਕਾਨਾ ਦੇ ਪੈਂਦਾ, ਸਕੂਲੇ ਲੈ ਆਉਂਦੇ ਨੇ, ਮੈਨੂੰ ਕਹਿੰਦੇ ਨੇ ਸਾਰੇ ਘੜ ਦਿਓ, ਮੈਂ ਉਹ ਵੀ ਘੜ ਕੇ ਉਹਨਾਂ ਬੱਚਿਆਂ ਨੂੰ ਵੀ ਦੇ ਦਿੰਦਾ, ਮੈਂ ਖੁਦ ਵੀ ਯੂਜ਼ ਕਰਦਾ ਜੀ, ਜਿਹਦੇ ਨਾਲ ਸਾਨੂੰ ਅੱਖਰਕਾਰੀ ਕਰਨ ਦਾ ਮਜ਼ਾ ਆਉਂਦਾ ਜੀ। ਅਖੀਰਲਾ ਸਵਾਲ ਲੈਣਾ ਚਾਹੁੰਦਾ ਤੁਹਾਡੇ ਤੋਂ ਕਿ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਦਾ ਯੁੱਗ ਹੈ, ਅਤੇ ਪੈੱਨ ਨਾਲ ਕੰਮ ਕਰਕੇ ਜ਼ਿਆਦਾ ਮਜ਼ਾ ਆਉਂਦਾ ਜਾਂ ਕਲਮ ਦੇ? ਜੇ ਸੱਚਾਈ ਦੱਸਾਂ ਜੀ, ਪੈੱਨ ਨਾਲ ਅਸੀਂ ਪੜ੍ਹਾਈ ਤਾਂ ਕਰ ਲਈ, ਪਰ ਕਲਮ ਦੇ ਨਾਲ ਅਸੀਂ ਆਪਣੇ ਆਪ ਨੂੰ ਦੁਬਾਰਾ ਜੀਆ, ਕਹਿੰਦਾ ਨਾ ਬੰਦਾ ਆਪਣੇ ਆਪ ਨੂੰ ਜਿਉਂਦਾ ਕਲਮ ਨਾਲ ਜੂਈਦਾ, ਜਦੋਂ ਕਲਮ ਨਾਲ ਅਸੀਂ ਲਿਖਣਾ ਬਹਿ ਜਾਂਦੇ ਹਾਂ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਪਤਾ ਨਹੀਂ ਹੱਥ 'ਚ ਕਿਹੜੀ ਤਾਕਤ ਵਰਸਦੀ ਆ, ਜਿਹੜੀ ਪੰਜ ਪੰਜ ਦਸ ਦਸ ਘੰਟੇ ਲਖਾ ਬਿਠਾ ਕੇ ਸਾਨੂੰ ਇਹ ਕੰਮ ਕਰਾਉਂਦੀ ਆ। ਜਿਵੇਂ ਗੁਰਬਾਣੀ ਦੇ ਵਿੱਚ ਉਹਨਾਂ ਚਿਰ ਬੰਦਾ ਬੈਠਾ ਰਹਿੰਦਾ, ਅਤੇ ਕਲਮ ਨਾਲ ਕਰਨ ਤੋਂ ਬਾਅਦ ਤੁਸੀਂ ਮੰਨ ਸਕਦੇ ਹੋ ਕਿ ਯਕੀਨ ਹੀ ਨਹੀਂ ਹੁੰਦਾ ਕਿ ਇਹ ਮੈਂ ਆਪਣੇ ਹੱਥੀਂ ਲਿਖਿਆ। ਇਹ ਵਾਹਿਗੁਰੂ ਦੀ ਬਖਸ਼ਿਸ਼ ਆ, ਮਾਤਾ ਪਿਤਾ ਦਾ ਆਸ਼ੀਰਵਾਦ ਆ, ਜਿਹੜੀ ਇੰਨੀ ਲਗਨ ਆ ਉਹ ਬਿਠਾ ਦਿੰਦੇ ਨੇ ਅਤੇ ਆਪਣੇ ਆਪ ਹੱਥ ਫੜ ਕੇ ਕਰਾ ਦਿੰਦੇ ਨੇ। ਇਸ 'ਚ ਮੇਰਾ ਕੋਈ ਯੋਗਦਾਨ ਨਹੀਂ, ਵਾਹਿਗੁਰੂ ਦਾ ਯੋਗਦਾਨ ਹੈ, ਉਹ ਕਰਾ ਦਿੰਦੇ। ਬਹੁਤ ਹੀ ਕਹਿ ਸਕਦੇ ਹਾਂ ਕਿ ਇੱਕ ਖੂਬਸੂਰਤ ਜੋ ਇੱਕ ਕਲਾਕਾਰੀ ਆ ਉਹ ਇਸ ਦੇ ਨਾਲ ਪਰੋਈ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਇੱਥੇ ਇਸ ਨੂੰ ਕਲਮ ਨੂੰ ਦੇ ਨਾਲ ਇੱਥੇ ਲਿਖਾਈ ਕਰਦੇ ਹੋਏ ਵਿਖਾਈ ਦਿੰਦੇ, ਔਰ ਇਹ ਕਲਮ ਨੂੰ ਜੋ ਸਿਆਹੀ ਦੇ ਵਿੱਚ ਪਹਿਲਾਂ ਡਿਪ ਕੀਤਾ ਜਾਂਦਾ ਹੈ, ਉਸ ਦੇ ਵਿੱਚ ਇਸ ਨੂੰ ਸਿਆਹੀ ਜੋ ਹੈ ਲਗਾਈ ਜਾਂਦੀ। ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਬਣਤਰ ਦੀਆਂ, ਜੇ ਤਸਵੀਰਾਂ 'ਚ 6 ਕਲਮ ਪ੍ਰਕਾਰ ਦੀਆਂ ਕਲਮਾਂ ਪਈਆਂ, ਅਤੇ ਹਰ ਕਲਮ ਆਪੋ ਆਪਣੇ ਢੰਗ ਨਾਲ ਇਸਦੀ ਜੋ ਕਟਾਈ ਹੈ ਉਹ ਕੀਤੀ ਜਾਂਦੀ ਹੈ, ਔਰ ਇਹ ਸਧਾਰਨ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਕੰਨ ਹੈ ਬਾਂਸ ਤੋਂ ਇਹ ਬਣਦੀ ਹੈ, ਉਸ ਤੋਂ ਬਾਅਦ ਜੋ ਇਸ ਤੋਂ ਇੱਕ ਰੂਪ ਰੇਖਾ ਦਿੱਤੀ ਜਾਂਦੀ ਹੈ ਜੋ ਕਿ ਓਮ ਨਮਾ ਸ਼ਿਵਾਏ ਲਿਖਿਆ, ਅਸੀਂ ਅਕਸਰ ਇਸ ਨੂੰ ਵੱਖ ਵੱਖ ਢੰਗਾਂ ਦੇ ਨਾਲ ਸ਼ਰਧਾ ਸਤਿਕਾਰ ਦੇ ਨਾਲ ਦੇਖਦੇ ਹਾਂ, ਪਰ ਜਿਸ ਲਿਖਾਵਟ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ, ਔਰ ਤੁਸੀਂ ਦੇਖ ਸਕਦੇ ਹੋ ਕਿ
ਹਰ ਚੀਜ਼ ਨੂੰ, ਚਾਹੇ ਗੁਰਬਾਣੀ ਦੇ ਲੈ ਕੇ ਕਿਸੇ ਚੀਜ਼ ਦੀ ਗੱਲ ਕੀਤੀ ਜਾਵੇ ਜਾਂ ਹੋਰ ਜੋ ਕਿਸੇ ਲਿਖਾਵਟ ਨੂੰ ਗੱਲ ਕੀਤੀ ਜਾਵੇ, ਤਾਂ ਹਰ ਚੀਜ਼ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ। ਔਰ ਸੁਰਿੰਦਰ ਪਾਲ ਜੀ ਨੇ ਕਿਹਾ ਕਿ ਖੁਦ ਚਾਹੇ ਮੈਂ ਫਿਜ਼ੀਕਲੀ ਹੈਂਡੀਕੈਪ ਹਾਂ, ਬਟ ਮੈਨੂੰ ਕਦੀ ਜ਼ਿੰਦਗੀ ਦੇ ਵਿੱਚ ਇਹ ਉਮੰਗ ਜੋ ਸੀ ਸਿੱਖਣ ਨੂੰ, ਉਹ ਹਰ ਵੇਲੇ ਪਣਪਦੀ ਰਹੀ, ਜ਼ਹਿਨ ਵਿੱਚ ਹੋਰ ਉਭਰਦੀ ਰਹੀ, ਔਰ ਉਸਦੇ ਸਦਕਾ ਹੀ ਅੱਜ ਮੈਂ ਸਿਆਹੀ ਅਤੇ ਕਲਮ ਦੇ ਉਸ ਪੁਰਾਤਨ ਵਿਰਸੇ ਨੂੰ, ਉਸ ਪੁਰਾਤਨ ਦੌਰ ਨੂੰ ਉਹਨਾਂ ਨੌਜਵਾਨਾਂ ਤੱਕ ਪਹੁੰਚਾ ਰਿਹਾ ਕਿ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨਾਲ ਜਾਣੂ ਹੋ ਸਕਣ ਅਤੇ ਇਸ ਖਾਸ ਵਡਮੁੱਲੇ ਇਤਿਹਾਸ ਦੀ ਜੋ ਦੇਣ ਹੈ ਉਹ ਹੋਰ ਅਗਾਵਾਂ ਪੀੜ੍ਹੀਆਂ ਤੱਕ ਵੱਧ ਸਕੇ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।